ਮਾਈ ਪਾਗੋ ਨੇ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਯੁੱਧਬੀਰ ਸਿੰਘ, ਅਭੀ ਅਤੇ ਬਿੱਟੂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਦੋਸ਼ੀਆਂ ਤੋਂ ਅੱਗੇ ਪੁੱਛਗਿੱਛ ਜਾਰੀ ਹੈ। ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਯੁੱਧਬੀਰ ਸਿੰਘ ਜੋਧਾ ਅਤੇ ਬਿੱਟੂ ਜਿਹੜੇ ਆ ਇਹ ਦੋਵੇਂ ਜਿਹੜੇ ਰਲ ਕੇ ਮੋਟਰਸਾਈਕਲ ਚੋਰੀ ਕਰਦੇ ਆ ਅਤੇ ਇਹਨਾਂ ਨੂੰ ਕੱਲ੍ਹ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਦੌਰਾਨ ਪੁੱਛਗਿੱਛ ਅੱਜ ਦੱਸਿਆ ਨਾ ਸਭਾ ਵੀ ਇੱਕ ਸਾਡੇ ਨਾਲ ਦਾ ਹੋਰ ਚੋਰ ਆ ਜੋ ਚੋਰੀ ਕਰਦਾ ਉਹ ਹੈਗਾ ਅਭੀ ਅਭੀ ਇਹ ਚੀਕੂ ਇਹ ਵੀ ਸਾਡੇ ਇੱਥੋਂ ਰਾਮਨਗਰ ਦਾ ਇਹਦਾ ਅੱਜ ਦੌਰਾਨ ਇਹਨਾਂ ਕੇਸ 'ਚ ਸੈੱਟ ਕੀਤਾ ਗਿਆ ਜਿਹਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਅਤੇ ਇਹਨਾਂ ਨੂੰ ਰਿਮਾਂਡ ਦੇ ਦੌਰਾਨ ਬਾਅਦ ਪੁੱਛਗਿੱਛ ਕੀਤਾ ਜਾਵੇ ਇਹਨਾਂ ਨਾਲ ਹੋਰ ਕਿੰਨੇ ਸਾਥੀ ਹੋਰ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਆ ਤੁਸੀਂ।